ਜੀ ਸਤਿ ਸ਼੍ਰੀ ਅਕਾਲ ਤੇ ਨਾਲੇ ਜਿਹੜੀ ਤੁਹਾਡੀ ਹੁਣ ਡਿਊਟੀ ਬਣਦੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਇੱਦਾਂ ਉਂਗਲ ਮਾਰ ਕੇ ਨਾਲ ਹੀ ਬੈੱਲ ਆਈਕੋਨ ਬਣਿਆ ਹੋਇਆ ਘੰਟੀ ਜਿਹੀ ਉਹਦੇ 'ਤੇ ਵੀ ਮਾਰ ਦਿਓ ਕਿਉਂਕਿ ਜਦੋਂ ਕੋਈ ਨਵੀਂ ਚੀਜ਼ ਅਸੀਂ ਹੋਰ ਪਾਈ ਤਾਂ ਤੁਹਾਨੂੰ ਨਾਲ ਦੀ ਨਾਲ ਨੋਟੀਫਿਕੇਸ਼ਨ ਆ ਜੂਗੀ ਕਦੀ ਕਦੀ ਇਨਸਾਨ ਸ਼ੌਂਕ ਸ਼ੌਂਕ ਵਿੱਚ ਅਜਿਹੀ ਗਲਤੀ ਕਰ ਦਿੰਦਾ ਏ ਜਿਸ ਦਾ ਖਮਿਆਜ਼ਾ ਉਸ ਨੂੰ ਭੁਗਤਣਾ ਪੈ ਜਾਂਦਾ ਏ ਅਜਿਹਾ ਹੀ ਮਾਮਲਾ ਸੁਜਾਨਪੁਰ ਵਿੱਚ ਦੇਖਣ ਨੂੰ ਮਿਲਿਆ ਜਿੱਥੇ ਇੱਕ ਨੌਜਵਾਨ ਨੇ ਸ਼ੌਂਕ ਸ਼ੌਂਕ ਵਿੱਚ ਪੁਲਿਸ ਦੀ ਵਰਦੀ ਸਿਲਵਾਈ ਅਤੇ ਲੋਕਾਂ ਨੂੰ ਆਪਣੀ ਉਸ ਵਰਦੀ ਵਿੱਚ ਖਿੱਚੀਆਂ ਹੋਈਆਂ ਤਸਵੀਰਾਂ ਦਿਖਾਉਣ ਲੱਗਾ। ਇਸ ਤੋਂ ਬਾਅਦ ਉਸਨੇ ਵਰਦੀ ਦਾ ਨਜਾਇਜ਼ ਫਾਇਦਾ ਚੁੱਕਦਿਆਂ ਲੋਕਾਂ ਨੂੰ ਪੁਲਿਸ ਵਿੱਚ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਪੈਸੇ ਠੱਗਣ ਲੱਗਾ। ਇਸ ਦਾ ਖੁਲਾਸਾ ਉਸ ਸਮੇਂ ਹੋਇਆ ਜਦੋਂ ਪੁਲਿਸ ਨੂੰ ਇਸ ਦੀ ਸੂਚਨਾ ਮਿਲੀ, ਜਿਸ ਤੋਂ ਬਾਅਦ ਪੁਲਿਸ ਨੇ ਉਕਤ ਨੌਜਵਾਨ ਨੂੰ ਕਾਬੂ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ। ਸਾਡੇ ਨੋਟਿਸ ਦੇ ਵਿੱਚ ਮਸਲਾ ਆਇਆ ਹੈ ਕਿ ਰੋਹਿਤ ਸ਼ਰਮਾ ਹੈਗਾ ਲੜਕਾ ਪਿੰਡ ਕੀੜੀਆਂ ਮੰਗਿਆਲ ਦਾ ਤਾਰਾਗੜ੍ਹ ਥਾਣੇ ਦੇ ਵਿੱਚ। ਇਹ ਲੜਕਾ ਨੇ ਕਲੇਮ ਕਰਨਾ ਸ਼ੁਰੂ ਕਰ ਦਿੱਤਾ ਸੀ ਕਿ ਮੈਂ ਪੰਜਾਬ ਪੁਲਿਸ ਦੇ ਵਿੱਚ ਸਬ ਇੰਸਪੈਕਟਰ ਭਰਤੀ ਹੋ ਗਿਆ ਅਤੇ ਇਹਨੇ ਹੋਰ ਆਪਦੇ ਜਿਹੜੇ ਜਾਣਕਾਰ ਲੋਕ ਹੈ ਅਤੇ ਹੋਰ ਮੁੰਡੇ ਉਹਨਾਂ ਨੂੰ ਅਪਰੋਚ ਕਰਨਾ ਸ਼ੁਰੂ ਕਰ ਦਿੱਤਾ ਕਿ ਤੁਸੀਂ ਮੈਨੂੰ ਪੈਸੇ ਦਿਓ ਅਤੇ ਮੈਂ ਤੁਹਾਨੂੰ ਪੰਜਾਬ ਪੁਲਿਸ ਦੇ ਵਿੱਚ ਕਿਸੇ ਵੀ ਰੈਂਕ 'ਤੇ ਭਰਤੀ ਕਰਵਾ ਸਕਦਾ। ਜਿਹਦੇ 'ਚ ਇਹਨੇ ਕਿਹਾ ਕਿ 8 ਲੱਖ ਰੁਪਈਆ ਜੇ ਤੁਸੀਂ ਮੈਨੂੰ ਦਿਓਗੇ ਤਾਂ ਉਹਦੇ ਵਿੱਚ ਮੈਂ ਤੁਹਾਨੂੰ ਹੈੱਡ ਕੋਂਸਟੇਬਲ ਭਰਤੀ ਕਰਵਾ ਸਕਦਾ ਅਤੇ 26 ਲੱਖ ਰੁਪਈਏ ਦੇ ਵਿੱਚ ਮੈਂ ਤੁਹਾਨੂੰ ਥਾਣੇਦਾਰ ਭਰਤੀ ਕਰਵਾ ਸਕਦਾ। ਇਸ ਦੇ ਸੰਬੰਧ ਵਿੱਚ ਇਹਨੇ ਇੱਕ ਪਰਿਵਾਰ ਦੇ ਨਾਲ ਸੁਜਾਨਪੁਰ ਡੀਲ ਵੀ ਕਰਨ ਦੀ ਕੋਸ਼ਿਸ਼ ਕੀਤੀ ਅਤੇ ਉਹਨਾਂ ਦੇ ਘਰ ਜਾ ਕੇ ਉਹਨਾਂ ਤੋਂ ਇਹ ਉਹਦੇ ਬੱਚੇ ਦੇ ਸਰਟੀਫਿਕੇਟ ਲੈ ਲਏ ਅਤੇ 50,000 ਰੁਪਈਆ ਵੀ ਲੈ ਲਿਆ ਅਤੇ ਉਹ ਡੀਲ ਦੇ ਸੰਬੰਧ ਵਿੱਚ ਹੀ ਇਹ ਦੁਬਾਰ ਤੋਂ ਉਹਨਾਂ ਦੇ ਘਰ ਗਿਆ ਹੋਇਆ ਸੀਗਾ ਅਤੇ ਉਹ ਪਰਿਵਾਰ ਵਾਲਿਆਂ ਨੂੰ ਸ਼ੱਕ ਪੈ ਗਿਆ ਅਤੇ ਉਹਨਾਂ ਨੇ ਸਾਡੇ ਨਾਲ ਸੰਪਰਕ ਕੀਤਾ। ਇਸ ਕਰਕੇ ਅਸੀਂ ਇਹਨੂੰ ਉੱਥੇ ਜਾ ਕੇ ਮੌਕੇ 'ਤੇ ਅਰੈਸਟ ਕਰ ਲਿਆ। ਜੇਕਰ ਸੱਚ ਬੋਲਣਾ ਸੱਚ ਲਿਖਣਾ ਬਗਾਵਤ ਹੈ ਤਾਂ ਸਮਝੋ ਅਸੀਂ ਬਾਗੀ ਹਾਂ। ਸੱਚ ਅਤੇ ਹੱਕ ਦੀ ਆਵਾਜ਼ ਦੁਨੀਆ ਦੇ ਹਰ ਕੋਨੇ ਕੋਨੇ ਦੀ ਗੱਲ ਪੰਜਾਬ ਟੀਵੀ ਕਰੇਗਾ ਸੱਚ ਦਾ ਖੁਲਾਸਾ। ਤੁਸੀਂ ਦੇਖਦੇ ਰਹੋ ਪੰਜਾਬ ਟੀਵੀ ਸੱਚ ਅਤੇ ਹੱਕ ਦੀ ਆਵਾਜ਼।